ਇੱਕ ਮਹਿਲਾ ਤੇ ਜਾਨਲੇਵਾ ਹਮਲਾ ਹੋਇਆ ਜਦੋਂ ਉਹ ਆਪਣੇ ਬੱਚਿਆਂ ਦੀ ਸਕੂਲ ਦੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਤਿੰਨ ਬਦਮਾਸ਼ ਆਉਂਦੇ ਨੇ ਅਤੇ ਉਸ ਉੱਤੇ ਟੁੱਟ ਪੈਂਦੇ ਨੇ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟ ਕੁੱਟ ਕੇ ਜ਼ਖਮੀ ਕਰ ਦਿੰਦੇ ਨੇ। ਉਹ ਸੜਕ ਦੇ ਵਿਚਕਾਰ ਹੀ ਬੇਹੋਸ਼ ਹੋ ਕੇ ਡਿੱਗ ਗਈ, ਪਰ ਬੇਹੋਸ਼ ਹੋਣ ਦੇ ਬਾਅਦ ਵੀ ਬਦਮਾਸ਼ ਇਸ ਮਹਿਲਾ ਨੂੰ ਉਸਦੇ ਬੱਚਿਆਂ ਦੇ ਸਾਹਮਣੇ ਹੀ ਕੁੱਟਦੇ ਰਹੇ ਅਤੇ ਜਦੋਂ ਬੱਚਿਆਂ ਨੇ ਸ਼ੋਰ ਮਚਾਇਆ ਤਾਂ ਬਦਮਾਸ਼ ਫਰਾਰ ਹੋ ਗਏ। ਇਹ ਘਟਨਾ ਹੁਸ਼ਿਆਰਪੁਰ ਦੇ ਮੁਕੇਰੀਆ ਦੇ ਪਿੰਡ ਗੇਰਾ ਤੋਂ ਸਾਹਮਣੇ ਆਈ ਹੈ, ਜਿੱਥੇ ਮਹਿਲਾ ਅਨੀਤਾ ਕੁਮਾਰੀ ਤੇ ਉਸ ਵੇਲੇ ਤਿੰਨ ਬਦਮਾਸ਼ਾਂ ਨੇ ਜਾਨਲੇਵਾ ਹਮਲਾ ਕੀਤਾ ਜਦੋਂ ਅਨੀਤਾ ਆਪਣੇ ਬੱਚਿਆਂ ਦੀ ਸਕੂਲ ਦੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਜਾਣਕਾਰੀ ਦਿੰਦੇ ਹੋਏ ਅਨੀਤਾ ਨੇ ਦੱਸਿਆ ਕਿ ਉਸਦੇ ਬੱਚੇ ਜਿਵੇਂ ਹੀ ਸਕੂਲ ਤੋਂ ਆਏ ਤਾਂ ਦੋਵੇਂ ਬੱਚੇ ਬੱਸ ਤੋਂ ਉਤਰੇ ਤਾਂ ਪਿੱਛੇ ਤੋਂ ਸਕੂਟੀ ਆਈ ਅਤੇ ਉਸ ਉੱਤੇ ਤਿੰਨ ਬਦਮਾਸ਼ ਸਨ। ਉਹਨਾਂ ਨੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਲੋਹੇ ਦੀਆਂ ਰਾੜਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਉਸਦੇ ਸਿਰ ਤੇ ਤੇਜ਼ ਵਾਰ ਕੀਤੇ ਜਿਸ ਕਾਰਨ ਉਹ ਬੇਹੋਸ਼ ਹੋ ਕੇ ਸੜਕ ਤੇ ਡਿੱਗ ਗਈ ਅਤੇ ਉਸਦੇ ਸਿਰ ਤੋਂ ਖੂਨ ਵਹਿਣ ਲੱਗਿਆ, ਜਿਸ ਤੋਂ ਬਾਅਦ ਹਮਲਾਵਰ ਉਸ ਨੂੰ ਕਾਫੀ ਸਮੇਂ ਤੱਕ ਕੁੱਟਦੇ ਰਹੇ। ਜਦੋਂ ਉਸਦੇ ਬੱਚਿਆਂ ਨੇ ਚਿੱਕਣਾ ਸ਼ੁਰੂ ਕੀਤਾ ਤਾਂ ਉਹ ਤਿੰਨੋਂ ਮੌਕੇ ਤੋਂ ਫਰਾਰ ਹੋ ਗਏ। ਤਿੰਨਾਂ ਹਮਲਾਵਰਾਂ ਦੀ ਤਸਵੀਰ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਜ਼ਖਮੀ ਅਨੀਤਾ ਕੁਮਾਰੀ ਨੂੰ ਸਥਾਨਕ ਲੋਕਾਂ ਨੇ ਤੁਰੰਤ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ। ਅਨੀਤਾ ਦਾ ਕਹਿਣਾ ਹੈ ਕਿ ਉਸਦਾ ਆਪਣੇ ਰਿਸ਼ਤੇਦਾਰਾਂ ਦੇ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ, ਜਿਸ ਕਾਰਨ ਉਸ ਉੱਤੇ ਹਮਲਾ ਹੋਇਆ। ਜ਼ਖਮੀ ਅਨੀਤਾ ਦਾ ਇਲਾਜ ਹਾਜ਼ੀਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਚੱਲ ਰਿਹਾ। ਉੱਥੇ ਥਾਣਾ ਹਾਜ਼ੀਪੁਰ ਦੇ ASI ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਦੇ ਆਧਾਰ ਤੇ ਹਮਲਾਵਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ ਅਤੇ ਸਲਾਖਾਂ ਦੇ ਪਿੱਛੇ ਕਰ ਦਿੱਤਾ ਜਾਵੇਗਾ। ਸਰ, ਮੈਂ ਬੱਚੇ ਲੈਣ ਗਈ ਸੀਗੀ। ਕਿੱਥੋਂ ਬੱਚੇ ਲੈਣੇ ਸੀ? ਨਹਿਰ ਤੋਂ ਬੱਸ 'ਚ ਆਏ ਸੀਗੇ ਅਤੇ ਜਿਹੜੀ ਬੱਸ 'ਚ ਬੱਚੇ ਆਏ ਸੀ, ਬੱਸ ਨਾਲ ਹੀ ਉਹ ਮੁੰਡੇ ਖੜ੍ਹੇ ਸੀਗੇ। ਕਿੰਨੇ ਜਣੇ ਸੀਗੇ? ਤਿੰਨ ਜਣੇ ਸੀਗੇ ਸਰ, ਸਕੂਟੀ 'ਤੇ। ਠੀਕ ਹੈ ਸਰ। ਫਿਰ ਮੇਰੇ ਦਿਓਰ ਨੇ ਹੱਥ ਵੀ ਮਿਲਾਇਆ ਸੀਗਾ ਉਹਨਾਂ ਨਾਲ, ਉਹਨਾਂ ਬੰਦਿਆਂ ਨਾਲ। ਹਾਂਜੀ। ਅੱਛਾ। ਅਤੇ ਉਹ ਉੱਥੇ ਖੜ੍ਹਾ ਨਹੀਂ ਹੋਇਆ ਸੀ, ਨਿਕਲ ਗਿਆ ਸੀਗਾ ਅਤੇ ਬੱਚੇ ਜਿੱਦਾਂ ਹੀ ਕਨੈਕਟਰ ਨੇ ਥੱਲੇ ਤਾਰੇ ਹੈ, ਉਹਨਾਂ ਨੇ ਬੱਸ ਜਾਣ ਦਿੱਤੀ ਹੈ। ਬੱਸ ਜਿਲ੍ਹੇ ਸੀਗੇ ਉਸ ਵੇਲੇ ਮੈਨੂੰ ਕੁਛ ਨਹੀਂ ਕਿਹਾ ਉਹਨਾਂ ਨੇ, ਅਤੇ ਬੱਸ ਜਿੱਦਾਂ ਹੀ ਗਈ ਹੈ ਉਹਨਾਂ ਨੇ ਸਕੂਟਰੀ, ਮਤਲਬ ਜਿੱਦਾਂ ਹੀ ਮੈਂ ਵਾਪਸ ਆਪਣੇ ਘਰ ਨੂੰ ਮੂੰਹ ਕੀਤਾ ਘੇਰਿਆ ਹੈ, ਅਤੇ ਉੱਦਾਂ ਹੀ ਉਹ ਮੇਰੇ ਮਗਰ ਆਏ ਨਾਲ ਸਕੂਟਰੀ ਖੜੀ। ਕੋਈ ਗੱਲਬਾਤ ਨਹੀਂ ਕੀਤੀ ਤੁਹਾਡੇ ਨਾਲ? ਗੱਲਬਾਤ ਕੋਈ ਸਿੱਧਾ ਹੀ ਹਮਲਾ? ਹਾਂ, ਸਿੱਧਾ ਹੀ ਹਮਲਾ। ਮੈਨੂੰ ਇੱਦਾਂ ਲੱਗਿਆ ਕਿ ਇਹ ਬੱਚੇ ਚੱਕਣ ਆਏ ਆ, ਫਿਰ ਉਹਨਾਂ ਨੇ ਮੇਰੀ ਕੁੱਟ ਮਾਰ ਕੀਤੀ, ਬੱਚਿਆਂ ਨੇ ਵੀ ਰੌਲਾ ਪਾਇਆ, ਮੈਂ ਵੀ ਰੌਲਾ ਪਾਇਆ। ਕਾਹਦੇ ਨਾਲ ਮਾਰਿਆ ਕੁੱਟੇ ਤੁਹਾਨੂੰ? ਸਰ, ਲੋਹੇ ਦੀ ਰਾੜ ਸੀਗੀ। ਕਿੱਥੇ ਕਿੱਥੇ ਮਾਰਿਆ ਤੁਹਾਡੇ? ਸਰ, ਲੱਤ 'ਚ ਵੀ ਮਾਰਿਆ, ਇਹ ਸਿਰ 'ਚ ਟਾਂਕੇ ਲੱਗੇ। ਕਿੰਨੇ ਟਾਂਕੇ ਲੱਗੇ? ਹਾਂਜੀ, 7, ਅਤੇ ਲੱਤ 'ਚ ਮੇਰੀ 'ਚ ਹੱਡੀ ਫ੍ਰੈਕਚਰ ਹੈ। ਅਤੇ ਇਹ ਉਸ ਤੋਂ ਬਾਅਦ ਜਦੋਂ ਤੁਸੀਂ ਰੌਲਾ ਪਾਇਆ ਤਾਂ ਫਰਾਰ ਹੋ ਗਏ ਸਾਰੇ? ਹਾਂਜੀ ਸਰ, ਟਰੈਲੀ ਵੀ ਆਉਂਦੀ ਪਈ ਸੀਗੀ ਰੋਡ 'ਚ, ਅਤੇ ਫਿਰ ਉਸ ਲਈ ਸੜਕ 'ਚ ਕੋਈ ਨਹੀਂ ਸੀਗਾ, ਫਿਰ ਆਵਾਜਾਈ ਸ਼ੁਰੂ ਹੋ ਗਈ ਨਾ, ਅਤੇ ਜ਼ਿਆਦਾਤਰ ਉਹ ਟਰੈਲੀ ਨੂੰ ਦੇਖ ਕੇ ਗਏ, ਟਰੈਲੀ ਦੀ ਸੇਡ ਹੁੰਦੀ ਪਈ ਸੀਗੀ। ਤੁਸੀਂ ਉਹਨਾਂ ਨੂੰ ਉਹਨਾਂ 'ਚੋਂ ਕਿਸੇ ਨੂੰ ਪਛਾਣਦੇ ਹੋ? ਸਰ ਨਹੀਂ, ਮੈਂ ਪਹਿਚਾਣਦੀ ਨਹੀਂ, ਮੈਨੂੰ ਨਹੀਂ ਪਤਾ ਕੌਣ ਸੀ। ਤੁਹਾਨੂੰ ਕਿਹਦੇ 'ਤੇ ਸ਼ੱਕ ਆ? ਸਰ, ਆਪਣੇ ਦਿਓਰ 'ਤੇ ਹੀ ਹੈ, ਮੇਰੀ ਪਿੰਡ 'ਚ ਕਿਸੇ ਨਾਲ ਵੀ ਕੋਈ ਲੜਾਈ ਝਗੜਾ ਨਹੀਂ, ਮੇਰੇ ਪਤੀ ਦਾ ਵੀ ਕਿਸੇ ਨਾਲ ਵੀ ਪਿੰਡ 'ਚ ਕੋਈ ਲੜਾਈ ਝਗੜਾ। ਸਰ, ਬਾਹਰ ਰਹਿੰਦੇ ਮੇਰੇ ਘਰ ਵਾਲੇ। ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਤੋਂ? ਪੁਲਿਸ ਤੋਂ ਇਹੀ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਕਾਰਵਾਈ ਕੀਤੀ ਹੈ, ਮੈਨੂੰ ਇਨਸਾਫ ਚਾਹੀਦਾ ਸਰ, ਕਿ ਕੱਲ੍ਹ ਜੋ ਮੇਰੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋਵੇ। ਕੁਛ ਸ਼ਾਮ 5 ਵਜੇ ਦੇ ਕਰੀਬ ਸਾਡੇ ਕੋਲ ਪੇਸ਼ੈਂਟ ਆਇਆ, ਅਨੀਤਾ ਵਾਈਫ ਆਫ ਜਸਵੀਰ ਸਿੰਘ।
ਜੋ ਸਾਡੇ ਮੈਡੀਕਲ ਅਫਸਰ ਸਾਹਿਬਾਨ ਨੇ ਉਹਦਾ ਪਰਚਾ ਕੱਟ ਕੇ ਥਾਣਾ ਹਾਜੀਪੁਰ ਨੂੰ ਰਿਪੋਰਟ ਕਰ ਦਿੱਤਾ। ਉਹ ਜ਼ੇਰੇ ਇਲਾਜ ਹੈ ਸਾਡੇ ਕੋਲ ਅਤੇ ਉਹਦਾ ਜਿਹੜਾ ਦੇਖੋ ਸੱਟਾਂ ਜਿਹੜੀਆਂ ਹੈਗੀਆਂ ਐੱਮ ਐੱਲ ਆਰ ਲੀਗਲ ਰਿਕਾਰਡ ਹੁੰਦਾ ਕਿਸੇ ਦੇ ਸੱਟਾਂ ਲੱਗੀਆਂ ਹੋਈਆਂ ਸੀਗੀਆਂ ਉਹ ਰਿਕਾਰਡ ਕਰਕੇ ਉਹਦਾ ਐੱਮ ਐੱਲ ਆਰ ਤਿਆਰ ਕਰਕੇ ਜਿਹੜਾ ਥਾਣਾ ਹਾਜੀਪੁਰ ਨੂੰ ਦੇ ਦਿੱਤਾ। ਮਿਤੀ 30/7/24 ਨੂੰ ਡਿਊਟੀ ਅਫਸਰ ਸੀ ਥਾਣਾ ਹਾਜੀਪੁਰ। ਸਾਨੂੰ ਨੀਤਾ ਰਾਣੀ ਪਤਨੀ ਜਸਵੀਰ ਸਿੰਘ ਦੀ ਚਿੱਟ ਡਾਕਟਰੀ ਆਈ ਕਿ ਉਹਨੂੰ ਸੱਟਾਂ ਲੱਗੀਆਂ ਨੇ, ਹੋਸਪਿਟਲ ਜ਼ੇਰੇ ਇਲਾਜ ਹੈ। ਉੱਥੇ ਪੁੱਜ ਕੇ ਲੇਡੀ ਕਾਂਸਟੇਬਲ ਨਾਲ ਗਏ ਸੀ ਤਾਂ ਬਿਆਨ ਕਲਮਬੰਦ ਕੀਤਾ ਅਤੇ ਉਹਦੇ ਮੁਤਾਬਕ ਜੋ ਹੈਗੀ ਸੀ ਬਣਦੀ ਕਾਰਵਾਈ ਕਰਕੇ ਰਿਪੋਰਟ ਦਰਜ ਕਰਤੀ ਹੈ ਅਤੇ ਜਿਨ੍ਹਾਂ ਵੀ ਸ਼ੱਕੀ ਵਿਅਕਤੀਆਂ ਨੇ ਹਮਲਾ ਕੀਤਾ ਉੱਤੇ ਉਹਦੇ ਬਾਰੇ ਅਸੀਂ ਮੀਡੀਆ ਵਿੱਚ ਅਤੇ ਸੋਸ਼ਲ ਮੀਡੀਆ ਦੀ ਮਦਦ ਲੈ ਕੇ ਅਤੇ CCTV ਖੜਾ ਕੇ ਅਤੇ ਸਰਚ ਕਰ ਰਹੇ ਹਾਂ। ਸਰ ਜੋ ਕੈਮਰੇ 'ਚ ਨਾ ਵੀਡੀਓ ਫੋਟੋ ਵੀ ਹੈਗੀ, ਫਿਰ ਵੀਡੀਓ ਵੀ ਨੌਜਵਾਨ ਕਿੰਨੇ ਨੌਜਵਾਨ ਸਕੂਟੀ 'ਤੇ ਜਾਂਦੇ ਆ, ਪਤਾ ਲੱਗਾ ਵੀ ਭਾਲ ਹੋਈ ਕੌਣ ਹੈਗੇ ਨੌਜਵਾਨ ਜਿਹੜਾ ਗੁਰਦੁਆਰਾ ਆਏ। ਤਿੰਨਾਂ ਚਾਰਾਂ ਪਿੰਡਾਂ ਦੇ ਸਰਪੰਚ ਸੱਦ ਕੇ ਨਾ ਅਸੀਂ ਇਹਨਾਂ ਨੂੰ ਫੋਟੋਆਂ ਵਿਖਾਈਆਂ ਅਤੇ ਨੈੱਟ 'ਤੇ ਵੀ ਉਹਨਾਂ ਦੇ ਗਰੁੱਪਾਂ 'ਚ ਵੀ ਪਾਤੀਆਂ ਸਰ, ਅਤੇ ਕਾਫੀ ਚਾਂਸ ਨੇ ਅੱਜ ਭਲਕੇ ਟਰੇਸ ਹੋਇਆ।